ਆ ਦੇਖੋ ਜੀ ਫ੍ਰੈਂਚ ਫ੍ਰਾਈ ਦੇਸੀ ਤਰੀਕੇ ਨਾਲ ਆਪਾਂ ਫ੍ਰੈਂਚ ਫ੍ਰਾਈਜ਼ ਤਿਆਰ ਕਰਾਂਗੇ ਕਹਿਣ ਦਾ ਆਪਾਂ ਵੀ ਚਿੱਟੇ ਪਕੌੜੇ ਕਹਿ ਦੋ ਬਸ ਆਲੂ ਦੇ ਵੀ ਤਿਆਰ ਕਰਾਂਗੇ ਜਿਹੜੇ ਤੁਸੀਂ ਵਿਆਹ ਦੇ ਵਿੱਚ ਸਭ ਤੋਂ ਪਹਿਲੀ ਵਾਰ ਖਾਣੇ ਹੁੰਦੇ ਹੋ ਠੀਕ ਹੈ ਪਰ ਆਪਾਂ ਕਰਾਂਗੇ ਢੰਗ ਦੇਸੀ ਨਾਲ ਤਿਆਰ ਚੀਜ਼ ਜਿਵੇਂ ਉਹੀ ਬਣੂਗੀ ਤੁਸੀਂ ਆਪਦੇ ਘਰੇ 2 ਮਿੰਟ ਦੇ ਵਿੱਚ ਤਿਆਰ ਕਰ ਲਓ ਜਦੋਂ ਵੀ ਤੁਹਾਡੇ ਘਰੇ ਕੋਈ ਮਹਿਮਾਨ ਆਉਂਦਾ ਹੈ ਜਾਂ ਬੱਚੇ ਜੇਜ਼ ਕਰ ਰਹੇ ਨੇ ਵੀ ਅਸੀਂ ਕੁਝ ਕਰਾਰਾ ਖਾਣੇ ਜਾਂ ਤੁਹਾਡਾ ਆਪ ਦਾ ਮਨ ਕਰਦਾ ਕਰਾਰਾ ਖਾਣ ਨੂੰ ਠੀਕ ਹੈ ਉਸ ਸਮੇਂ ਤੁਸੀਂ ਬਣਾ ਸਕਦੇ ਹੋ ਕਿਉਂਕਿ ਉਹਨਾਂ ਬਾਰਿਸ਼ਾਂ ਦਾ ਸੀਜ਼ਨ ਆਊਗਾ ਅੱਗੇ ਉਹ ਤੋਂ ਬਾਅਦ ਜੀ ਕਰਦਾ ਹੁੰਦਾ ਵੀ ਯਾਰ ਕੋਈ ਚਰਚਰੀ ਚੀਜ਼ ਬਣਾਈ ਜਾਵੇ ਉਹ ਵੀ ਆਲੂ ਤੋਂ ਉਹ ਵੀ ਬਹੁਤ ਜਲਦੀ ਤਾਂ ਤੁਸੀਂ ਕੱਟ ਕੇ ਨਾਲ ਨਾਲ ਆਪਾਂ ਇਹਨਾਂ ਨੂੰ ਕੱਟ ਕੇ ਪਾਣੀ ਦੇ ਵਿੱਚ ਹੀ ਰੱਖਦੇ ਜਾਵਾਂਗੇ ਠੀਕ ਹੈ ਤੇ ਆਪਾਂ ਇਹਨਾਂ ਦਾ ਫਾਲਤੂ ਹਿੱਸਾ ਜਿਹੜਾ ਉਹ ਦੂਜੇ ਤਰੀਕੇ ਨਾਲ ਨਹੀਂ ਘਟਦੇ ਵੀ ਸਾਰੀਆਂ ਜਿਹੜੇ ਇਹਦੇ ਪੀਸ ਨੇ ਉਹ ਚੌਰ ਸੋਨੇ ਚਾਹੀਦੇ ਨੇ ਕਿਉਂਕਿ ਆਪਾਂ ਆਪਦੇ ਪਿੰਡ ਵਾਲੇ ਦੇਸੀ ਤਰੀਕੇ ਨਾਲ ਬਣਾ ਰਹੇ ਆ ਯਾਰ ਆਲੂ ਕਿਉਂ ਖਰਾਬ ਕਰਨਾ ਹੁਣ ਤੁਸੀਂ 2 ਕਿਲੋ ਆਲੂ ਲਓਗੇ 1 ਕਿਲੋ ਸਾਈਡ ਤੋਂ ਹਿੱਸੇ ਕੱਟ-ਕੱਟ ਕੇ ਸਿਰਫ ਦਿਖਾਵੇ ਦੇ ਚੱਕਰ ਦੇ ਵਿੱਚ ਤਾਂ ਸਾਰਾ ਕੁਝ ਅੱਜਕੱਲ ਖਰਾਬ ਕਰਖੇ ਲੋਕਾਂ ਨੇ ਆਪਾਂ ਉਹ ਕੰਮ ਨਹੀਂ ਕਰਦੇ ਆਪਾਂ ਦੇਸੀ ਢੰਗ ਨਾਲ ਆਪਦੇ ਆਲੂ ਕੱਟ ਲੈ ਛਿੱਲੇ ਹੋਵੇਂ ਨੇ ਤੇ ਆਪਾਂ ਇੱਕ ਚਮਚ ਇਹਦਾ ਲੈ ਲਿਆ ਜੀ ਦੇ ਪਾ ਲੋ ਕੋਈ ਵੀ ਪਾ ਲੋ ਸਾਫ ਪਾਣੀ ਦੇ ਵਿੱਚ ਆਪਾਂ ਇਹਨੂੰ ਉਬਾਲ ਲੈ ਠੀਕ ਹੈ ਇਹਨੂੰ ਬਾਲਣਾ ਹੈ ਆਪਾਂ ਨੇ 3 ਤੋਂ ਲੈ ਕੇ 5 ਮਿੰਟ ਸਿਲੰਡਰ ਆਪਾਂ ਨੇ ਛੱਡਤਾ ਤੇ 3 ਤੋਂ ਲੈ ਕੇ 5 ਮਿੰਟ ਬਾਲ ਲੈਣਾ ਬਾਲਾ ਟਾਈਮ ਨਹੀਂ ਬਾਲਣਾ ਹੈਗਾ ਇਹ ਨਾ ਹੋਵੇ ਵੀ ਇਹ ਜਮਾ ਇਹਦੇ ਵਿੱਚ ਹੀ ਪੱਕ ਜਾਣ ਬਸ ਇਹਨੂੰ ਹਲਕਾ ਜਿਹਾ ਆਪਾਂ ਨੇ ਪਕਾਉਣਾ ਹੈ ਤਾਂ ਕਿ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਿਰ ਇਹ ਅੰਦਰੋਂ ਕੱਚੇ ਨਾ ਰਹਿਣ ਬਾਕੀ ਉਬਾਲਣ ਦਾ ਇਹ ਫਾਇਦਾ ਹੁੰਦਾ ਜੀ ਆਲੂਆਂ ਦੇ ਵਿੱਚੋਂ ਤੁਹਾਨੂੰ ਪਤਾ ਹੈ ਬੈ ਖਤਮ ਹੋ ਜਾਂਦੀ ਹੈ ਬੈ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਆਲੂਆਂ ਦੇ ਵਿੱਚ ਜਿਹੜੀ ਉਹ ਰੇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ ਤਾਂ ਕਰਕੇ ਆਪਾਂ ਨੇ ਇਹਨਾਂ ਨੂੰ ਨਮਕ ਦੇ ਵਿੱਚ ਵਧੀਆ ਤਰੀਕੇ ਨਾਲ ਉਬਾਲ ਲੈ ਇੱਕ ਵਾਰੀ ਬਸ ਇਹ ਧਿਆਨ ਰੱਖਿਓ ਇਹਨਾਂ ਨੂੰ ਜਮਾ ਨਰਮ ਨਾ ਕਰ ਲਿਓ ਨਹੀਂ ਤਾਂ ਇਹ ਖਤਮ ਹੋ ਜਾਣਗੇ ਫਿਰ ਇਹਨਾਂ ਨੂੰ 2-3 ਮਿੰਟ 4 ਮਿੰਟ ਬਸ ਇੰਨਾ ਕੁ ਟਾਈਮ ਹੀ ਪਕਾਉਣਾ ਐ 5 ਮਿੰਟ ਜੇ ਜ਼ਿਆਦੇ ਆਲੂ ਨੇ ਉਸ ਤੋਂ ਬਾਅਦ ਕੜਾਈ ਦੇ ਵਿੱਚ ਆਪਾਂ ਨੇ ਜੀ ਰਿਫਾਈਨਡ ਔਇਲ ਪਾਤਾ ਜੀ ਇਹਨੇ ਗਰਮ ਹੋ ਜਾਊਗਾ ਤੇ ਇਹਨੇ ਆਪਾਂ ਜਿਹੜੇ ਆਪਣੇ ਆਲੂ ਉਡੀ ਦੀ ਆਪਣੀਆਂ ਟੇਸਟ ਦੇ ਅਨੁਸਾਰ ਆਪਾਂ ਇਹਦੇ ਵਿੱਚ ਲਾਲ ਮਿਰਚਾਂ ਵੀ ਐਡ ਕਰਾਂਗੇ ਨਮਕ ਆਪਾਂ ਨੇ ਪਹਿਲਾਂ ਪਾਇਆ ਹੋਇਆ ਸੀ 1 ਚਮਚਾ ਨਮਕ ਆਪਾਂ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਵਾਂਗੇ ਤੇ ਉਸ ਤੋਂ ਬਾਅਦ ਜਿੰਨਾ ਵੀ ਇਹ ਮਟੀਰੀਅਲ ਹੈ ਇਹਨੂੰ ਸਾਰੇ ਨੂੰ ਚਮਚੇ ਨਾਲ ਹੀ ਆਪਾਂ ਮਿਕਸ ਕਰ ਲਾਂਗੇ ਕਿਉਂਕਿ ਜੇ ਤੁਸੀਂ ਆਲੂਆਂ ਨੂੰ ਜ਼ਿਆਦਾ ਪਕਾ ਲਿਆ ਤਾਂ ਫਿਰ ਇਹ ਮਿਕਸ ਨਹੀਂ ਹੋਣਾ ਸਾਰੇ ਐਵੇਂ ਟੁੱਟ ਜਾਣਗੇ ਉਸ ਤੋਂ ਬਾਅਦ ਨਾਲ ਦੀ ਨਾਲ ਆਪਾਂ ਕੜਾਈ ਦੇ ਵਿੱਚ ਪਾਉਂਦੇ ਜਾਵਾਂਗੇ ਜੀ ਤੇ ਜਦੋਂ ਤੁਸੀਂ ਇਹਦਾ ਟੇਸਟ ਕਰਕੇ ਦੇਖੋਗੇ ਘਰੇ ਤੁਸੀਂ ਮੈਂ ਕਹਿੰਨਾ ਭੁੱਲ ਜੂਗੇ ਸਾਰਾ ਕੁਝ ਤੁਸੀਂ ਤਿਆਰੀ ਆ ਕਰਿਆ ਕਰਾਂਗੇ ਆ ਦੇਖ ਲਓ ਤੁਸੀਂ ਦਿਖ ਦੇਖ ਲਓ ਪਹਿਲਾਂ ਕਿੰਨੀ ਸੋਹ ਉਹ ਤੇ ਜਲਦੀ ਜਾਣਗੇ ਕਿਉਂਕਿ ਅੰਦਰੋਂ ਤਾਂ ਹੀ ਵੈਸੀ ਵੀ ਸੌਫਟ ਹੋ ਗਏ ਹੁਣ ਆਪਾਂ ਉਬਾਲੇ ਹੋਏ ਨੇ ਬਾਹਰਲੇ ਬਾਹਰਲੇ ਪਾਸੋਂ ਚੰਗੀ ਤਰ੍ਹਾਂ ਇਹਨਾਂ ਨੂੰ ਤੁਸੀਂ ਪਕਾ ਲਓ ਇਸ ਤਰੀਕੇ ਨਾਲ ਰਾੜ ਲਓ ਜਿਹੜੇ ਇਹ ਚਰਚਰੇ ਹੋ ਜਾਣ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੀ ਵਧੀਆ ਚੰਗਾ ਸੇਕ ਲਵਾ ਕੇ ਆਪਾਂ ਕੱਢਾਂਗੇ ਜੀ ਬਾਹਰ ਕਿਸੇ ਵੀ ਤੁਸੀਂ ਅਖਬਾਰ ਦੇ ਉੱਤੇ ਜਿਹੜੀ ਮਰਜ਼ੀ ਚੀਜ਼ ਦੇ ਉੱਤੇ ਤੁਸੀਂ ਕੱਢ ਲਓ ਅਖਬਾਰ ਲਾ ਲੋਗੇ ਤਾਂ ਇਹਨਾਂ ਦਾ ਜਿਹੜਾ ਮਾੜਾ ਮੋਟਾ ਰੈਂਡ ਆਇਲ ਇਹਨਾਂ ਦੀ ਲੱਗਿਆ ਰਹਿ ਗਿਆ ਉਹ ਸਾਰਾ ਬਿਲਕੁਲ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਇਹਦੇ ਅਖਬਾਰ ਦੇ ਉੱਤੇ ਆ ਜਾਊਗਾ ਆਹ ਲਓ ਜੀ ਆਪਾਂ ਕੱਢ ਲੈਨੇ ਹੁਣ ਜਿੰ ਮੈਂ ਕਹਿੰਦਾ ਯਾਰ ਵੀਡੀਓ ਦੇਖ ਕੇ ਖਾਣ ਨੂੰ ਜੀ ਕਰਨ ਲੱਗ ਜਾਂਦੇ ਬੰਦੇ ਦਾ ਤੇ ਇਹ ਦੇਸੀ ਚੀਜ਼ਾਂ ਨੇ ਬਾਕੀ ਇਹਦੇ ਉੱਪਰ ਤੁਸੀਂ ਕੋਈ ਚਾਟ ਮਸਾਲਾ ਕੋਈ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਇਹ ਬਿਲਕੁਲ ਹੁਣ ਖਾਣ ਵਾਸਤੇ ਤਿਆਰ ਨੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਲੋਕ ਘਰੇ ਬਣਾ ਕੇ ਖਾਣ